ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾ ਕੇ। ਬਾਬੇ ਨਾਨਕ ਨੇ ਹਮੇਸ਼ਾ ਹੱਥੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਜੇ ਉਹ ਕੀਤੀ ਹੋਈ ਹੱਥੀ ਕਿਰਤ ਆਮ ਲੋਕਾਂ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਖਾਸ ਮਾਇਨੇ ਰੱਖਦੀ ਹੋਵੇ ਤਾਂ ਇਸ ਤੋਂ ਵੱਡਾ ਪੁੰਨ ਤੇ ਕਰਮ ਹੋਰ ਕੀ ਹੋ ਸਕਦਾ ਹੈ। ਇੰਨੀ ਦਿਨੀ ਗੁਰਦੁਆਰਾ ਬੌਲੀ ਸਾਹਿਬ ਦੇ ਚੁਗਿਰਦੇ ਅਤੇ ਕਸਬਾ ਨਡਾਲਾ ਦੇ ਸੁੰਦਰ ਤੇ ਹਰਿਆ ਭਰਿਆ ਬਣਾਉਣ ਲਈ ਨਿਸ਼ਕਾਮ ਹੋ ਕੇ ਜੁਟੇ ਫੁਲਵਾੜੀ ਸੇਵਾਦਾਰਾਂ ਨੂੰ ਇਸ ਸ਼ੁਭ ਕੰਮ ਲਈ ਨਿਰੰਤਰ ਚੱਲਦਾ ਰੱਖਣ ਲਈ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਏਕ ਨੂਰ ਅਵੇਅਰਨੈਸ ਐਂਡ ਵੈਲਫੇਅਰ ਸੁਸਾਇਟੀ ਨਡਾਲਾ ਨੇ 21,000 ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਆਗੂ ਮਨਪ੍ਰੀਤ ਸਿੰਘ ਆਲੂਵਾਲੀਆ ਨੇ ਦੱਸਿਆ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਏਕ ਨੂਰ ਅਵੇਅਰਨੈਸ ਐਂਡ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਇਕੱਠੇ ਹੋਏ ਹਾਂ ਗੁਰਦੁਆਰਾ ਬੌਲੀ ਸਾਹਿਬ ਦੇ ਸਾਹਮਣੇ, ਬਿਲਕੁਲ ਗੇਟ ਦੇ ਸਾਹਮਣੇ ਇਕੱਠੇ ਹੋਏ ਹਾਂ, ਜਿਹਦੇ ਵਿੱਚ ਜਿਹੜਾ ਅੱਜ ਦਾ ਸਾਡਾ ਮੇਨ ਏਜੰਡਾ ਹੈ ਨਡਾਲੇ ਵਿੱਚ ਇੱਕ ਫੁਲਵਾੜੀ ਸੇਵਕ ਸਭਾ ਜਥਾ ਬਣਿਆ ਹੋਇਆ ਸਾਡੇ ਨਡਾਲੇ ਦੇ ਹੀ ਪਤਵੰਤੇ ਸੱਜਣਾਂ ਦਾ, ਜਿਹੜਾ ਕਿ ਆਪਣੇ ਹੱਥੀਂ ਕਿਰਤ ਕਰਕੇ ਆਪਣਾ ਦਸਵੰਧ ਕੱਢਦੇ ਨੇ। ਫਾਈਨੈਂਸ਼ਲੀ ਦਸਵੰਧ ਕੱਢਣਾ ਉਹ ਵੀ ਮਹੱਤਵਪੂਰਨ ਹੈ, ਪਰ ਸਭ ਤੋਂ ਜਿਹੜਾ ਮਹੱਤਵਪੂਰਨ ਹੈ ਦਸਵੰਧ, ਜਿਹੜਾ ਕਿਰਤ ਕਰਕੇ ਦਸਵੰਧ ਕੱਢਣਾ ਫੁਲਵਾੜੀ ਸੇਵਕ ਸਭਾ। ਇਹਨਾਂ ਨੇ ਨਡਾਲੇ ਦਾ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਜਿੰਮਾ ਚੱਕਿਆ ਹੋਇਆ, ਅਸੀਂ ਇਹਨਾਂ ਤੋਂ ਇੰਸਪਾਇਰ ਹੋਏ ਹਾਂ ਸਾਰੀ ਸਾਡੀ ਏਕ ਨੂਰ ਸੁਸਾਇਟੀ ਦੀ ਟੀਮ, ਇੰਦਰਜੀਤ ਜੀ ਨੇ, ਸੋਨੂ ਜੀ ਨੇ, ਪੀ ਟੀ ਭਾਅ ਜੀ, ਮਿੱਠੂ ਜੀ ਸਾਡੇ ਪ੍ਰਧਾਨ ਸਾਹਿਬ, ਲੱਕੀ ਜੀ ਨੇ, ਇਹਨਾਂ ਕੋਲ ਇੰਸਪੀਰੇਸ਼ਨ ਲੈ ਕੇ ਅੱਜ ਸੁਸਾਇਟੀ ਦੇ ਵਿੱਚ ਇਹ ਮਤਾ ਪਾਸ ਕੀਤਾ ਕਿ ਅਸੀਂ ਇਹਨਾਂ ਦੇ ਨਾਲ ਫਾਈਨੈਂਸ਼ਲੀ ਜਾਂ ਪੰਜਾਬੀ ਕਹਿੰਦੇ ਕਿ ਤਨੋ ਮਨੋ ਧਨੋ ਇਹਨਾਂ ਦੀ ਸੇਵਾ ਕਰਾਂਗੇ, ਮੋਢੇ ਨਾਲ ਮੋਢਾ ਨਾਲ ਜਾ ਲੈ ਕੇ ਤੁਰਾਂਗੇ ਇਹਨਾਂ ਦੇ ਨਾਲ। ਬਹੁਤ ਅੱਛਾ ਕੰਮ ਕੀਤਾ, ਢਿਲਵਾਂ ਤੋਂ ਲੱਗ ਕੇ ਅਤੇ ਸਾਡਾ ਜਿਹੜਾ ਸਾਡੀ ਕਾਲੋਨੀ ਹੈਗੀ ਆ ਉੱਥੇ ਤੱਕ ਦੋਨੇ ਸਾਈਡ 'ਤੇ ਬੂਟੇ ਲਾਏ ਨੇ, ਫੁੱਲ ਲਾਏ ਨੇ, ਅਤੇ ਇਸ ਤਰ੍ਹਾਂ ਸੇਮ ਹੀ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਰਘੂ ਸਾਹਮਣੇ ਕਰਿਓ, ਬਹੁਤ ਅੱਛੇ ਅੱਛੇ ਪਲਾਂਟਸ ਲਾ ਕੇ, ਅਤੇ ਹੁਣ ਜਿਹੜਾ ਇਹਨਾਂ ਨੇ ਜਿੰਮਾ ਚੱਕਿਆ ਹੋਇਆ ਜਿਹੜਾ ਗੁਰਦੁਆਰਾ ਸਾਹਿਬ ਸਾਹਮਣੇ, ਜਿਹੜਾ ਤਕਰੀਬਨ 6-7 ਕਨਾਲਾਂ ਜਗ੍ਹਾ ਹੈ ਕਿ ਬਹੁਤ ਹੀ ਸਾਲਾਂ ਤੋਂ ਇੱਦਾਂ ਹੀ ਵੀਰਾਨ ਪਈ ਹੈ, ਮਤਲਬ ਇੱਥੇ ਨਰਕ ਪਿਆ ਹੋਇਆ ਗੁਰਦੁਆਰਾ ਸਾਹਿਬ ਦੇ ਸਾਹਮਣੇ, ਜਿਹੜਾ ਮਤਲਬ ਲਿਟਰਲੀ ਇਹ ਗੱਲ ਮੈਂ ਕਹਿ ਸਕਦਾ ਇੱਥੇ, ਅਤੇ ਇਹਨਾਂ ਨੇ ਬਹੁਤ ਹੀ ਵਧੀਆ ਇਹ ਜੁੰਮਾ ਚੱਕਿਆ ਕਿ ਇਹਦੇ ਦੁਆਲੇ ਅਸੀਂ ਇੱਕ ਟਰੈਕ ਬਣਾਵਾਂਗੇ। ਨਡਾਲੇ ਵਿੱਚ ਕੀਰਤਨ ਦਰਬਾਰ ਹੁੰਦੇ ਨੇ, ਮਹਾਮਾਈ ਦੇ ਜਗਰਾਤੇ ਹੁੰਦੇ ਨੇ, ਹੋਰ ਟੂਰਨਾਮੈਂਟਸ ਬੜੇ ਹੁੰਦੇ, ਕਰੋੜਾਂ ਰੁਪਏ ਖਰਚੇ ਜਾਂਦੇ ਆ, ਲੱਖਾਂ 'ਚ ਗੱਲ ਨਹੀਂ ਰਹਿ ਗਈ, ਕਰੋੜਾਂ ਰੁਪਏ ਖਰਚੇ ਜਾਂਦੇ ਆ। ਈਵਨ ਜਿਹੜੇ ਸਾਡੇ ਆਪਣੇ ਸਮਾਗਮ ਹੁੰਦੇ ਆ ਨਾ ਕੀਰਤਨ ਦਰਬਾਰ,
ਉਹਦੇ ਵਿੱਚ ਇਕੱਲੇ ਟੈਂਟ ਦੀ ਕੋਸਟ ਹੀ ਲਾ ਲਈਏ, ਜਿੱਦਾਂ ਮਤਲਬ ਚਾਰ ਪੰਜ ਸਮਾਗਮ ਹੁੰਦੇ ਆ, ਟੈਂਟ ਦੀ ਕੋਸਟ ਇੰਨੀ ਵੱਧ ਜਾਂਦੀ ਹੈ ਕਿ ਜੇ ਉਹਦਾ 10% ਵੀ ਇਸ ਜਗ੍ਹਾ 'ਤੇ ਲਾ ਲਈਏ ਤਾਂ ਜਗ੍ਹਾ ਸਾਫ਼ ਸੁਥਰੀ ਅਤੇ ਬਹਿਣ ਯੋਗ ਹੋ ਸਕਦੀ ਹੈ। ਅਤੇ ਮੈਂ ਸਾਰੇ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਇੰਨਾ ਵਧੀਆ ਜੁੰਮਾ ਚੱਕਿਆ ਹੈ, ਇੱਕ ਆਪਣੇ ਜੋਗਿੰਗ ਵਾਸਤੇ ਸੋਰੀ ਸੈਰ ਵਾਸਤੇ ਟਰੈਕ ਬਣਾਉਣਗੇ, ਸਵੇਰੇ ਮਾਤਾਵਾਂ ਭੈਣਾਂ ਬਜ਼ੁਰਗ ਸਾਡੇ ਬੱਚੇ ਇੱਥੇ ਆ ਕੇ ਸੈਰ ਕਰ ਸਕਦੇ ਨੇ, ਸ਼ੁੱਧ ਵਾਤਾਵਰਨ ਮਿਲੇਗਾ ਉਹਨਾਂ ਨੂੰ, ਬਹਿਣ ਦੀ ਸੁਵਿਧਾ ਹੋਏਗੀ। ਠੀਕ ਹੈ ਜੀ, ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਸਾਰੇ ਮੈਂਬਰ ਪ੍ਰਧਾਨ ਜੀ ਆ ਜਾ ਲਾਗੇ, ਅਸੀਂ ਸਾਰੇ ਮੈਂਬਰ ਸਮੁੱਚੀ ਏਕ ਨੂਰ ਦੀ ਟੀਮ ਇਹਨਾਂ ਦੇ ਨਾਲ ਆ, ਇਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰਾਂਗੇ। ਅਤੇ ਮੈਂ ਇਹਨਾਂ ਦੇ ਭਰਾਵਾਂ ਨੂੰ ਵੀ ਅਪੀਲ ਕਰਦਾ ਹਾਂ, ਈਵਨ ਜਿਹੜੀਆਂ ਹੋਰ ਵੀ ਸਭਾਵਾਂ ਨਰਾਲੇ ਵਿੱਚ ਨੇ, ਜਿਹੜੀਆਂ ਧਾਰਮਿਕ ਸਭਾਵਾਂ ਨੇ, ਸਪੋਰਟਸ ਟੂਰਨਾਮੈਂਟ ਜਿਹੜੇ ਕਲੱਬਸ ਹੈਗੇ ਨੇ ਨਰਾਲੇ ਵਿੱਚ, ਬਹੁਤ ਕਲੱਬ ਨੇ, ਜਗਰਾਤੇ ਵਾਲੀਆਂ ਸਾਰੀਆਂ ਟੀਮਾਂ, ਮਤਲਬ ਇੰਨੇ ਮੇਲੇ ਹੁੰਦੇ, ਤੁਸੀਂ ਵੀ ਆਪਣਾ ਸੁਸਾਇਟੀ ਵਿੱਚੋਂ ਦਸਵੰਧ ਕੱਢੋ ਤਾਂ ਕਿ ਪਿੰਡ ਦਾ ਸੈਂਟਰ ਪੁਆਇੰਟ ਹੈ, ਸਾਹਮਣੇ ਮਾਰਕੀਟ ਹੈ, ਇੱਧਰ ਸ਼ੰਗਰਾਲਾ ਪਬਲਿਕ ਸਕੂਲ ਹੈਗਾ ਆ, ਸਾਹਮਣੇ ਗੁਰੂ ਘਰ ਹੈ, ਤੁਸੀਂ ਵੀ ਦਸਵੰਧ ਕੱਢੋ ਤਾਂ ਕਿ ਇਹ ਜਗ੍ਹਾ ਸੁੰਦਰ ਬਣ ਸਕੇ। ਇਸ ਮੌਕੇ ਏਕ ਨੂਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਫੁਲਵਾੜੀ ਸੇਵਾਦਾਰ ਸਰਬੱਤ ਸਿੰਘ ਕੰਗ ਨੇ ਆਖਿਆ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੱਜ ਬੜਾ ਹੀ ਖੁਸ਼ੀ ਦਾ ਮੁਕਾਮ ਹੈ ਕਿ ਜੋ ਅਸੀਂ ਪਿਛਲੇ ਸਮੇਂ ਤੋਂ ਸਾਰੇ ਸੇਵਾਦਾਰ ਰਲ ਮਿਲ ਕੇ ਇਤਿਹਾਸਕ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਤੋਂ ਲੈ ਕੇ ਪਿੰਡ ਨੂੰ, ਨੜਾਲਾ ਪਿੰਡ ਨੂੰ ਸਾਰਾ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਯਤਨਸ਼ੀਲ ਹਾਂ। ਸੋ ਉਸ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਸੰਗਤਾਂ ਵੱਲੋਂ ਲਗਾਤਾਰ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ, ਸੰਗਤਾਂ ਜਿੱਥੇ ਅਸੀਂ ਖੁਦ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਤਿਲ ਫੁੱਲ ਕੱਢ ਕੇ ਇਸ ਜਗ੍ਹਾ 'ਤੇ ਲਾ ਰਹੇ ਹਾਂ, ਇਹ ਜੋ ਵਾਤਾਵਰਨ ਦੀ ਸੰਭਾਲ ਲਈ ਔਰ ਕਸਬਾ ਨੜਾਲਾ ਸੁੰਦਰ ਬਣਾਉਣ ਵਾਸਤੇ ਜੋ ਯਤਨਸ਼ੀਲ ਹਾਂ, ਉਸ ਦੇ ਸੰਬੰਧ ਵਿੱਚ ਜਿੱਥੇ ਵੱਖ ਵੱਖ ਤੌਰ 'ਤੇ ਸੰਗਤਾਂ ਵੱਲੋਂ ਇਸ ਕਾਰਜ ਨੂੰ ਨਿਰੰਤਰ ਅੱਗੇ ਚੱਲਦਾ ਰੱਖਣ ਵਾਸਤੇ ਮਾਇਕ ਸਹਾਇਤਾ ਦਿੱਤੀ ਗਈ ਹੈ, ਉੱਥੇ ਅੱਜ ਜੋ ਏਕ ਨੂਰ ਵੈਲਫੇਅਰ ਸੁਸਾਇਟੀ ਹੈ, ਲੰਮੇ ਸਮੇਂ ਤੋਂ ਕਾਫੀ ਸਮੇਂ ਤੋਂ ਉਹ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ, ਜਿੱਥੇ ਉਹ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ, ਗਰੀਬਾਂ ਦੀ ਮਦਦ ਕਰਦੇ ਹਨ, ਉਹ ਅੱਜ ਇੱਥੇ ਇਹ ਸਾਡੇ ਕੰਮ ਤੋਂ ਖੁਸ਼ ਹੋ ਕੇ ਪ੍ਰਭਾਵਿਤ ਹੋ ਕੇ ਉਹਨਾਂ ਨੇ 21,000 ਰੁਪਏ ਦੀ ਸੇਵਾ ਜੋ ਫੁਲਵਾੜੀ ਸੇਵਾਦਾਰਾਂ ਨੂੰ ਦਿੱਤੀ ਹੈ। ਸੋ ਅਸੀਂ ਸਮੂਹਿਕ ਤੌਰ 'ਤੇ ਸੁਸਾਇਟੀ ਦਾ ਧੰਨਵਾਦ ਕਰਦੇ ਹਾਂ, ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਕਸਬਾ ਦੜਾਲਾ ਨੂੰ ਸੁੰਦਰ ਬਣਾਉਣ ਵਾਸਤੇ, ਇਤਿਹਾਸਕ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਦੀ ਸ਼ਾਨ ਨੂੰ ਹੋਰ ਉੱਚਾ ਕਰਨ ਵਾਸਤੇ ਇਹ ਯੋਗਦਾਨ ਪਾਇਆ ਹੈ, ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਅਤੇ ਹੋਰ ਵੀ NRI ਵੀਰਾਂ ਨੂੰ ਜੋ ਨੜਾਲਾ ਨਾਲ ਸੰਬੰਧਿਤ ਹਨ, ਪਿੰਡ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਇਸ ਪਾਸੇ ਧਿਆਨ ਦੇਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਇਤਿਹਾਸਿਕ ਸਥਾਨ ਜੋ ਹਲਕਾ ਪਲੱਸ ਦਾ ਧੁਰਾ ਹੈ, ਪਵਿੱਤਰ ਸਥਾਨ ਹੈ, ਇਸ ਜਗ੍ਹਾ 'ਤੇ ਬਣਿਆ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ, ਇਸ ਸਥਾਨ ਨੂੰ ਹੋਰ ਸੁੰਦਰ ਔਰ ਇਸ ਕਸਬੇ ਨੂੰ ਹੋਰ ਸੁੰਦਰ ਬਣਾ ਸਕੀਏ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।